ਇਹ ਜੀ ਐਕਚੁਅਲੀ ਜੇ ਇਸ ਨੂੰ ਅਸੀਂ ਲੈ ਕੇ ਚੱਲਦੇ ਹਾਂ ਕਿ ਇਹ ਆਈਡੀਆ ਕਿੱਥੋਂ ਆਇਆ, ਇਹ ਸਾਡਾ ਇੱਕ ਡ੍ਰੀਮ ਵੀ ਸੀਗਾ ਇਸ ਨੂੰ ਬਣਾਉਣ ਦੇ ਲਈ, ਕਿਉਂਕਿ ਜਦੋਂ ਜਦੋਂ ਚੱਕ ਦਿਲ ਦੇ ਵਿੱਚ ਚਾਹਤ ਨਾ ਹੋਏ ਉਹ ਕੰਮ ਕਦੇ ਵੀ ਕਾਮਯਾਬ ਨਹੀਂ ਹੁੰਦਾ। ਦਿਲ 'ਚ ਚਾਹਤ ਹੀ ਸੀ, ਇਹ ਜਿਹੜਾ ਆਈਡੀਆ ਸੀਗਾ, ਮੈਂ ਚੈਨਲ ਦੇਖਿਆ ਸੀਗਾ ਫੋਰਨ 'ਚ, ਇੱਕ ਚੈਨਲ ਆਉਂਦਾ ਹੈ ਉਹ ਫੂਡ ਦੇ ਰਿਲੇਟਡ ਹੀ ਆਉਂਦਾ, ਔਰ ਮੈਂ ਇਸੇ ਲਾਈਨ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ ਹੋਟਲ ਮੈਨੇਜਮੈਂਟ ਦੀ, ਔਰ ਮੈਂ ਲਿਆਲਪੁਰੀ ਰਿਜ਼ੋਰਟ ਦੇ ਵਿੱਚ ਜਰਨਲ ਮੈਨੇਜਰ ਹਾਂ, ਪਲੱਸ ਸਾਡਾ ਕੈਟਰਿੰਗ ਦਾ ਬਿਜ਼ਨਸ ਆਪਣਾ। ਔਰ ਉਸ ਤੋਂ ਬਾਅਦ ਜਦੋਂ ਮੈਂ ਉਹ ਦੇਖਿਆ ਵੀ ਇੱਕ ਫੂਡ ਟਰੱਕ ਲੈ ਕੇ ਜਾ ਰਿਹਾ ਫੋਰਨ ਦੇ ਵਿੱਚ, ਉਹ ਜਿਸ ਜਗ੍ਹਾ 'ਤੇ ਸਟੇਅ ਕਰ ਰਹੇ ਆ ਲੋਕ, ਪਬਲਿਕ ਕਰਾਊਡ ਹੈ, ਇੱਕ ਅਜਨੀਕ ਜਿਹੀ ਚੀਜ਼ ਲੱਗ ਰਹੀ ਹੈ। ਉਸ ਤੋਂ ਮੈਨੂੰ ਇੱਕ ਆਈਡੀਆ ਮਿਲਿਆ, ਯਾਰ ਮੈਂ ਆਪਣੇ ਆਪਣੇ ਇਲਾਕੇ ਵਿੱਚ ਆਪਣੇ ਸੂਬੇ ਵਿੱਚ ਕਿਉਂ ਨਾ ਲੈ ਕੇ ਆਵਾਂ, ਉਹ ਚੀਜ਼ ਦੀ ਮੈਨੂੰ ਇੰਸਪੀਰੇਸ਼ਨ ਉੱਥੋਂ ਮਿਲੀ, ਔਰ ਉਸ ਤੋਂ ਬਾਅਦ ਮੈਂ ਅਪਡੇਟ ਬਟਾਲੇ ਵਿੱਚ ਖੜਾ ਕਰ ਦਿੱਤਾ। ਫੈਮਲੀ ਦੇਖੋ, ਫੈਮਲੀ ਨੂੰ ਲੈ ਕੇ ਚੱਲੀਏ ਤਾਂ ਅਸੀਂ ਇੰਨੇ ਸਟਰੋਂਗ ਨਹੀਂ ਸੀਗੇ ਫਾਈਨੈਂਸ਼ਲੀ, ਬਹੁਤ ਵੀਕ ਸੀਗੇ, ਔਰ ਸਾਡੇ ਫਾਦਰ ਸਾਹਿਬ ਜਿਹੜੇ ਸੀਗੇ ਉਹ ਰਾਜ ਮਿਸਤਰੀ ਸੀਗੇ ਜੀ, ਦਿਹਾੜੀਦਾਰ ਦਾ ਕੰਮ ਕਰਦੇ ਸੀਗੇ। ਜਦੋਂ ਉਹਨਾਂ ਦੀ ਮਿਹਨਤ ਨੂੰ ਦੇਖਦੇ ਸੀ, ਸਾਡੇ ਆਪਣੇ ਅਥਰੂ ਆਉਂਦੇ ਸੀਗੇ, ਸਾਡੀ ਔਕਾਤ ਐਸ਼ਕ ਨਹੀਂ ਸੀ ਆਪਾਂ ਡਿਗਰੀਆਂ ਕਰ ਸਕੀਏ, ਅਸੀਂ ਪੈਸਾ ਚੱਕ ਕੇ ਮੇਰੇ ਫਾਦਰ ਸਾਹਿਬ ਉਹਨਾਂ ਨੇ ਮੈਨੂੰ ਸਟੱਡੀ ਕਰਵਾਈ, ਸਾਨੂੰ ਪੜ੍ਹਾਇਆ ਲਿਖਾਇਆ, ਅੱਜ ਸਾਨੂੰ ਇੱਥੋਂ ਤੱਕ ਪਹੁੰਚਾਇਆ, ਔਰ ਅੱਜ ਉਹਦਾ ਪ੍ਰਤੀਫਲ ਤੁਸੀਂ ਦੇਖ ਰਹੇ ਹੋ, ਉਹਨਾਂ ਦਾ ਅਜ਼ਰ ਦੇਖ ਰਹੇ ਹੋ ਤੁਸੀਂ। ਅਸੀਂ ਚਾਰ ਬ੍ਰਦਰ ਹਾਂ, ਸਾਰੇ ਸੈਟਲ ਆ, ਸਾਰਿਆਂ ਨੇ ਡਿਗਰੀਆਂ ਕੀਤੀਆਂ, ਸਭ ਸੈਟਲ ਆ। ਰਲ ਕੇ ਉਹ ਫਿਰ ਜਦੋਂ ਤੁਸੀਂ ਬੈਠੇ ਆਪਾਂ, ਕਿਉਂਕਿ ਆਪਾਂ ਚਾਰੋ ਬ੍ਰਦਰ ਇੱਕ ਹੋਇਆ, ਕਿਉਂਕਿ ਗ੍ਰੰਥ ਦੇ ਵਿੱਚ ਵੀ ਲਿਖਿਆ, ਸਾਡੀ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ, ਜਦੋਂ ਕਿੰਨਾ ਸੋਹਣਾ ਅਤੇ ਕਿੰਨਾ ਚੰਗਾ ਹੈ ਕਿ ਭਰਾ ਰਲ ਮਿਲ ਕੇ ਵਸਣ, ਅਤੇ ਉਸ ਜਗ੍ਹਾ 'ਤੇ ਬਰਕਤ ਉੱਤਰਦੀ ਹੈ ਪਰਮਾਤਮਾ, ਉਸ ਪਰਮੇਸ਼ਰ ਦੀ, ਤਾਂ ਔਰ ਜਦੋਂ ਅਸੀਂ ਰਲ ਕੇ ਬੈਠਦੇ ਹਾਂ ਤਾਂ ਫਿਰ ਬਰਕਤ ਆ ਤੁਹਾਡੇ ਸਾਹਮਣੇ ਖੜੀ ਹੈ। ਦੇਖੋ ਜੀ, ਇੱਕ ਉਂਗਲ ਕੁਛ ਨਹੀਂ ਕਰ ਸਕਦੀ, ਚਾਰ ਉਂਗਲ ਹੋਣਗੇ ਤਾਂ ਬਹੁਤ ਕੁਝ ਕਰ ਸਕਦੀ ਹੈ ਜੀ, ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ। ਕਿੱਦਾਂ ਦਾ ਲੋਕਾਂ ਦਾ ਰਿਸਪੋਂਸ? ਬਹੁਤ ਸੋਹਣਾ। ਦੇਖੋ ਭਾਅ ਜੀ, ਵੇਟਿੰਗ ਕਰਦੇ ਆ, ਇੱਕ ਹੁੰਦਾ ਵੀ ਜਾਂ ਸਾਨੂੰ ਗੈਸਟ ਦੀ ਵੇਟ ਕਰਨੀ ਪੈਂਦੀ ਹੈ, ਗੈਸਟ ਨੂੰ ਸਾਡੀ ਵੇਟ ਕਰਨੀ ਪੈਂਦੀ ਹੈ, ਕਦੋਂ ਆਣ ਕੇ ਲੱਗੇਗਾ ਤਾਂ ਅਸੀਂ ਖਾਣਾ ਟੇਸਟ ਕਰ ਸਕਦੇ। ਅਸੀਂ ਜਨਰਲ ਮੈਨੇਜਰ ਹਾਂ, ਸਾਡਾ ਲਿਆਲਪੁਰ ਰਿਜ਼ੋਰਟ ਜਲੰਧਰ ਰੋਡ 'ਤੇ ਹੈ, ਅਤੇ ਉੱਥੇ ਮੇਰਾ ਕੈਟਰਿੰਗ ਦਾ ਮੇਨ ਬਿਜ਼ਨਸ ਉੱਥੇ ਆ। ਪਰ ਜੋ ਰਿਸਪੋਂਸ ਜਿਹੜਾ ਉਸ ਜਗ੍ਹਾ 'ਤੇ, ਦੇਖੋ ਮੈਰਿਜਸ ਹੁੰਦੀਆਂ, ਪਰ ਜਿਹੜਾ ਲੋਕਾਂ ਦੇ ਵਿੱਚ ਰਨਿੰਗ ਦੇ ਵਿੱਚ ਵਿਚਰਨਾ, ਉਹ ਕੁਝ ਅਲੱਗ ਹੀ ਮਜ਼ਾ ਹੈ। ਭਾਈ ਕੀ ਨਾਮ ਤੁਹਾਡਾ? ਸਰ ਸਲੀ ਮਸੀ। ਸਾਰਾ ਕਿੱਥੋਂ ਆਈਡੀਆ ਆਇਆ? ਸਰ ਜੀ, ਇੱਕ ਯੂਟਿਊਬ ਚੈਨਲ ਦੇ ਵਿੱਚ ਅਸੀਂ ਵੇਖਿਆ ਕਿ ਫੋਰਨ ਦਾ ਕੋਨਸੈਪਟ ਸੀ ਬਾਰ ਦਾ, ਔਰ ਉਸ ਕੋਨਸੈਪਟ ਦੇ ਵਿੱਚ ਅਸੀਂ ਵੇਖਿਆ ਕਿ ਉਹਨਾਂ ਨੇ ਇੱਕ ਚੱਲਦਾ ਫਿਰਦਾ ਰੈਸਟੋਰੈਂਟ ਬਣਾਇਆ ਸੀ, ਸਿਰਫ ਉੱਥੋਂ ਸਾਨੂੰ ਪ੍ਰੇਰਣਾ ਮਿਲੀ। ਸਰ ਤਕਰੀਬਨ ਲਾ ਲਓ ਕਿ 10 ਤੋਂ ਪਲੱਸ ਸੀ ਸਾਡਾ। ਸਰ ਜੀ, ਮੈਂ ਇੱਕ ਰਿਜ਼ੋਰਟ ਦਾ ਮੈਨੇਜਰ ਹਾਂ, ਔਰ ਉਸ ਮੈਨੇਜਰ ਦੇ ਨਾਲ ਮੇਰਾ ਬ੍ਰਦਰ ਹੈ, ਜਿਨ੍ਹਾਂ ਦਾ ਐਕਚੁਅਲੀ ਮੇਨ ਓਨਰ ਜਿਹੜੇ ਆ ਉਹ ਸਤੀਸ਼ ਮਸੀਹ ਆ, ਔਰ ਉਹਨਾਂ ਦੇ ਨਾਲ ਅਸੀਂ ਰਲ ਮਿਲ ਕੇ ਮੈਂ ਇਹ ਕੰਮ ਸਟਾਰਟ ਕੀਤਾ। ਆਲਰੇਡੀ ਉਹ ਇਹੀ ਕੰਮ ਕਰ ਰਹੇ ਨੇ, ਕੈਟਰਿੰਗ ਦਾ ਵਗੈਰਾ? ਹਾਂਜੀ, ਉਹ ਆਲਰੇਡੀ ਇਹ ਕੰਮ ਕਰ ਰਹੇ ਆ, ਔਰ ਇਸ ਵਕਤ ਉਹ ਆਪਣੇ ਲਾਲਪੁਰੀ ਪੈਲਸ ਦੇ ਮੈਨੇਜਰ ਆ, ਔਰ ਅਸੀਂ ਦੋਵਾਂ ਦੀ ਸੋਚ ਸੀ ਕਿ ਚਲੋ ਬਟਾਲੇ ਸ਼ਹਿਰ ਨੂੰ ਇੱਕ ਵਧੀਆ ਗਿਫਟ ਦਿੱਤਾ ਜਾਵੇ, ਕਿ ਅੱਛੇ ਚੰਗੀ ਤਰ੍ਹਾਂ ਕਿ ਲੋਕਾਂ ਨੂੰ ਇੱਕ ਮੈਸੇਜ ਜਾਵੇ, ਜਿਹਦੀ ਕੋਸ਼ਿਸ਼ ਕਰਦੇ ਕਰਦੇ ਸਾਨੂੰ ਸਾਲ ਹੋ ਗਿਆ, ਔਰ ਸਾਲ ਦੇ ਬਾਅਦ ਸਾਡੀ ਮਿਹਨਤ ਰੰਗ ਲਾਈ। ਸਨੀ ਜੀ, ਸਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਸ਼ਹਿਰ ਦੇ ਲੋਕ ਸਾਡੀ ਬਣਾਈ ਕੋਈ ਚੀਜ਼ ਨੂੰ ਪ੍ਰੋਤਸਾਹਨ ਦਿੰਦੇ ਆ, ਉਹਦੀ ਤਾਰੀਫ ਕਰਦੇ, ਅਤੇ ਕਿਤੇ ਕਿਤੇ ਸਾਨੂੰ ਵੀ ਦਿਲੋਂ ਖੁਸ਼ੀ ਮਿਲਦੀ ਹੈ ਕਿ ਸਾਡਾ ਕਿਤੇ ਇੱਕ ਕਦਮ ਜਿਹੜਾ ਲੋਕਾਂ ਦੇ ਚਿਹਰੇ 'ਤੇ ਖੁਸ਼ੀਆਂ ਦੇ ਰਿਹਾ। ਸਰ ਜੀ, ਮਾਇਆ ਜਿਹੜੀ ਹੁੰਦੀ ਹੈ ਉਹ ਤਾਂ ਜ਼ਿੰਦਗੀ ਦੇ ਵਿੱਚ ਅਸੀਂ ਕਮਾ ਕੇ ਲੈਂਦੇ ਹਾਂ, ਪਰ ਇੱਕ ਉਹ ਜਿਹੜੀ ਅਸੀਂ ਕਿਸੇ ਦੇ ਜੀਵਨ ਦੇ ਵਿੱਚ ਖੁਸ਼ੀ ਦੇ ਦਿੰਦੇ ਨਾ, ਉਹਦਾ ਆਨੰਦ ਕੁਛ ਹੋਰ ਹੀ ਹੁੰਦਾ ਵਾ, ਅਤੇ ਅਸੀਂ ਇਹ ਚੀਜ਼ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਆ, ਔਰ ਇਸ ਚੀਜ਼ 'ਚ ਅਸੀਂ ਬੜਾ ਖੁਸ਼ ਹਾਂ। ਮੇਰਾ ਨਾਮ ਬਲਵਿੰਦਰ ਸਿੰਘ, ਪਿੰਡ ਮੇਰਾ ਧੀਰੋ ਵਾਲਾ, ਸ਼੍ਰੀ ਹਰਿਮੰਦਰ। ਸਭ ਤੋਂ ਵਧੀਆ, ਬਹੁਤ ਵਧੀਆ ਲੱਗਦਾ ਜੋ ਕੁਛ ਬਣਿਆ ਜੀ, ਪਹਿਲੀ ਵਾਰੀ ਵੇਖਿਆ ਬਟਾਲਾ ਸ਼ਹਿਰ। ਅਸੀਂ ਕਹਿੰਦੇ ਇਹੋ ਜਿਹਾ ਹਰ ਇੱਕ ਚੀਜ਼ ਆਪਣੇ ਪੰਜਾਬ 'ਚ ਹੋਣੀ ਚਾਹੀਦੀ ਹੈ। ਮੇਰਾ ਨਾਮ ਪਵਨਦੀਪ ਸਿੰਘ ਢਿੱਲੋਂ ਜੀ। ਬਹੁਤ ਵਧੀਆ ਲੱਗਾ ਵੀਰ ਜੀ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖ ਰਹੇ ਹਾਂ ਨਾ, ਮਿਲੀਆਂ ਸਾਨੂੰ, ਆ ਮਿਲੀ ਆ। ਇਹੋ ਜਿਹੇ ਗੋਆ ਸਾਈਡ 'ਤੇ ਅਸੀਂ ਜਾਂਦੇ ਹਾਂ, ਉੱਧਰ ਬੀਚ 'ਤੇ, ਉੱਧਰ ਸਾਨੂੰ ਇਹ ਚੀਜ਼ਾਂ ਮਿਲਦੀਆਂ ਵਾ। ਚਲੋ ਬਟਾਲਾ ਵਾਸੀਆਂ ਨੂੰ ਇਹੋ ਜਿਹੀ ਚੀਜ਼ ਮਿਲੀ ਆ, ਅਤੇ ਕੁਝ ਵਧੀਆ ਚੀਜ਼ ਆ, ਅਤੇ ਇੰਜੋਏ ਕਰਨਗੇ ਸਾਰੇ, ਆ ਕੇ ਬੈਠਣਗੇ, ਆਪਣੀ ਫੈਮਿਲੀਆਂ ਲੈ ਕੇ ਆਉਣਗੇ, ਬੱਚੇ ਆਉਣਗੇ, ਖੁਸ਼ ਹੋਣਗੇ। ਬਹੁਤ ਵਧੀਆ ਚੀਜ਼ ਆ ਜੀ, ਸਾਰਿਆਂ ਨੂੰ ਆਉਣਾ ਚਾਹੀਦਾ ਵਾ। ਤੁਸੀਂ ਕਿੰਨੇ ਲੈ ਗਏ? ਮੈਂ ਤਾਂ ਫਿਲਹਾਲ ਇਕੱਲਾ ਹੀ ਆ ਜਾ ਰਿਹਾ ਸੀ, ਅਤੇ ਮੈਂ ਦੇਖ ਕੇ ਗੱਡੀ ਖੜੀ ਕਰਕੇ, ਅਤੇ ਮੈਂ ਵੇਖਣਾ ਆ ਗਿਆ। ਮੈਂ ਬਹੁਤ ਸੋਹਣੀ ਚੀਜ਼ ਆ, ਵੇਖ ਕੇ ਜਾਣਾ ਚਾਹੀਦਾ। ਤੁਹਾਨੂੰ ਕੀ ਲੱਗਦਾ, ਇੱਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ? ਬਿਲਕੁਲ ਹੋਣਾ ਚਾਹੀਦੀਆਂ ਜੀ, ਮਹਾਰਾਜ ਹੋਣੀਆਂ ਚਾਹੀਦੀਆਂ ਵਾ।